ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਇਆ ਹਾਂ ਉਹ ਡੀਟੌਕਸੀਫਿਕੇਸ਼ਨ ਤੇ ਹੈਗੀ ਆ ਡੀਟੌਕਸੀਫਿਕੇਸ਼ਨ ਕੀ ਹੁੰਦੀ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗੇ ਬਾਡੀ ਨੂੰ ਡੀਟੌਕਸ ਕਰਨਾ ਮਤਲਬ ਬਾਡੀ ਦੇ ਵਿੱਚੋਂ ਜਿਹੜੀ ਗੰਦਗੀ ਆ ਉਸ ਨੂੰ ਬਾਹਰ ਕੱਢਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਜਿਹੜੀ ਐਕਟੀਵਿਟੀ ਹੁੰਦੀ ਆ ਉਹਨੂੰ ਅਸੀਂ ਡੀਟੌਕਸੀਫਿਕੇਸ਼ਨ ਕਹਿੰਦੇ ਆ ਇਹ ਅਲੱਗ-ਅਲੱਗ ਤਰੀਕੇ ਅਸੀਂ ਕਰ ਸਕਦੇ ਹਾਂ ਜੇ ਕੋਈ ਹੈਵੀ ਡਾਈਟ ਲੈ ਰਿਹਾ ਉਹਨੂੰ ਅਲੱਗ ਤਰੀਕੇ ਦੀ ਡਟੌਕਸੀਫਿਕੇਸ਼ਨ ਹੁੰਦੀ ਆ ਮਤਲਬ ਡੋਸ ਅਲੱਗ ਹੁੰਦੀ ਆ ਜੇ ਕੋਈ ਨਾਰਮਲ ਡਾਈਟ ਲੈ ਰਿਹਾ ਤਾਂ ਉਹਦੇ ਲਈ ਸੋ ਸਭ ਤੋਂ ਪਹਿਲਾਂ ਅਸੀਂ ਦੇਖ ਲਈਏ ਕਿ ਸਾਡੇ ਲਈ ਸੋਰਸਸ ਕਿਹੜੇ ਜ਼ਰੂਰੀ ਆ ਤੁਹਾਡੇ ਸਾਹਮਣੇ ਜਿਹੜੀ ਚੀਜ਼ ਨਜ਼ਰ ਆ ਰਹੀ ਉਹਨੂੰ ਟਰਮਰਿਕ ਬੋਲਦੇ ਇੰਗਲਿਸ਼ ਚ ਪੰਜਾਬੀ ਚ ਇਹਨੂੰ ਹਲਦੀ ਕਹਿੰਦੇ ਸਾਨੂੰ ਆਮ ਘਰਾਂ ਚ ਹੀ ਮਿਲ ਜਾਂਦੀ ਖਾਣੇ ਚ ਵੀ ਯੂਜ਼ ਹੁੰਦੀ ਹਲਦੀ ਦੇ ਬਹੁਤ ਸਾਰੇ ਬੈਨੀਫਿਟ ਆ ਡਟੌਕਸੀਫਿਕੇਸ਼ਨ ਦੇ ਨਾਲ ਨਾਲ ਹਲਦੀ ਐਂਟੀਬੈਕਟੀਰੀਅਲ ਆ ਸਾਨੂੰ ਜਿਹੜੀਆਂ ਵਾਇਰਲ ਇਨਫ ਹੁੰਦੀਆਂ ਜੁਕਾਮ ਬੁਖਾਰ ਗਲੇ ਦੀਆਂ ਪ੍ਰੋਬਲਮ ਉਹ ਠੀਕ ਕਰਦੀ ਆ ਸਾਡੇ ਜਿਹੜੇ ਕੋਈ ਜੋਇੰਟ ਦੀਆਂ ਪ੍ਰੋਬਲਮ ਹੁੰਦੀਆਂ ਸਾਡੇ ਐਕ ਨੇ ਹੁੰਦੇ ਜਾਂ ਫੋੜੇ ਫਿੰਸੀਆਂ ਹੁੰਦੀਆਂ ਉਹ ਠੀਕ ਲਾਦੀ ਬਾਡੀ ਦੀ ਇੰਟਰਨਲ ਜਿੰਨੀਆਂ ਵੀ ਗੰਦਗੀ ਨਾਲ ਰਿਲੇਟਡ ਪ੍ਰੋਬਲਮ ਹੈਗੀਆਂ ਸਾਰੀਆਂ ਹਲਦੀ ਠੀਕ ਕਰਦੀ ਹਲਦੀ ਇੱਕ ਤਰ੍ਹਾਂ ਦਾ ਨੇਚਰਲ ਐਂਟੀਬਾਇਓਟਿਕ ਵੀ ਹੈਗਾ ਆ ਸੋ ਪਹਿਲਾਂ ਤੁਸੀਂ ਹਲਦੀ ਲੈ ਲੈਣੀ ਇਹ ਤੁਹਾਡੇ ਸਾਹਮਣੇ ਜਿਹੜੀ ਹਲਦੀ ਨਜ਼ਰ ਆ ਰਹੀ ਇਹ ਡੇਢ ਚਮਚ ਹਲਦੀ ਦਾ ਹੈਗਾ ਡੇਢ ਚਮਚ ਹਲਦੀ ਦਾ ਤੁਸੀਂ ਦੋ ਦੋ ਗਲਾਸ ਪਾਣੀ ਦੇ ਵਿੱਚ ਬੋਇਲ ਕਰਨਾ 1/2 ਚਮਚ ਨੂੰ ਉਹਨੂੰ ਬੋਇਲ ਕਰਕੇ ਇਹਨਾਂ ਕੁ ਬੋਇਲ ਕਰਨਾ ਕਿ ਉਹ ਇੱਕ ਗਲਾਸ ਰਹਿ ਜਾਵੇ ਬੋਇਲ ਕਰਕੇ ਉਹਨੂੰ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਨਾਲ ਦੂਸਰੀ ਚੀਜ਼ ਆਉਣੀ ਹੈਗੀ ਉਹ ਨਿੰਬੂ ਆ ਜਾਣਾ ਲੈਮਨ ਜਿਹੜਾ ਤੁਹਾਨੂੰ ਆਮ ਘਰ ਦੇ ਵਿੱਚ ਅਵੇਲੇਬਲ ਹੁੰਦਾ ਹੈ ਨਿੰਬੂ ਇਹ ਤੁਸੀਂ ਯੂਜ਼ ਕਰ ਸਕਦੇ ਹੋ ਡੀਟੌਕਸੀਫਿਕੇਸ਼ਨ ਚ ਕਾਫੀ ਬੈਨੀਫੀਸ਼ੀਅਲ ਆ ਨਿੰਬੂ ਦਾ ਰਸ ਜੋ ਮੈਂ ਪਹਿਲਾਂ ਹੀ ਕੱਢਿਆ ਹੋਇਆ ਸੀਗਾ ਇਹ ਤੁਸੀਂ ਮਿਕਸ ਕਰ ਸਕਦੇ ਹੋ ਤਾਂ ਹਲਦੀ ਵਾਲੇ ਪਾਣੀ ਵਿੱਚ ਨਿੰਬੂ ਦਾ ਜਰਾਸ ਜਦੋਂ ਤੁਸੀਂ ਦੋਨੇ ਮਿਕਸ ਕਰੋਗੇ ਇਹ ਪਹਿਲਾਂ ਹਲਦੀ ਦਾ ਪਾਣੀ ਉਹਨੂੰ ਬੋਇਲ ਕਰਕੇ ਠੰਡਾ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਨਿੰਬੂ ਦਾ ਰਸ ਹੈਗਾ ਇਹ ਤੁਸੀਂ ਮਿਕਸ ਕਰੋਗੇ ਤਾਂ ਜਿਹੜਾ ਤੁਹਾਡਾ ਜਿਹੜਾ ਹਲਦੀ ਦਾ ਪਾਣੀ ਪੀਣ ਉਹ ਕੁਝ ਮੈਂ ਪਹਿਲਾਂ ਹੀ ਰੈਡੀ ਕੀਤਾ ਹੋਇਆ ਸੀ ਤੁਹਾਨੂੰ ਦਿਖਾਉਣ ਲਈ ਰੈਡੀ ਕੀਤਾ ਸੀ ਇਹ ਕੁਝ ਇਸ ਤਰ੍ਹਾਂ ਦਾ ਹੋ ਜਾਊਗਾ ਇਸ ਦੇ ਵਿੱਚ ਜਿਹੜਾ ਹੈਗਾ ਹੁਣ ਹਲਦੀ ਨੂੰ ਪਹਿਲਾਂ ਬੋਇਲ ਕੀਤਾ ਗਿਆ ਬੁਲ ਕਰਕੇ ਠੰਡਾ ਕਰਕੇ ਉਸ ਵਿੱਚ ਨਿੰਬੂ ਦਾ ਰਸ ਪਾਇਆ ਤਾਂ ਇਹ ਤੁਹਾਡੇ ਲਈ ਡੀਟੌਕਸੀਫਿਕੇਸ਼ਨ ਦਾ ਜਿਹੜਾ ਇੱਕ ਬਹੁਤ ਹੀ ਵਧੀਆ ਸੋਰਸ ਰੈਡੀ ਹੋ ਚੁੱਕਿਆ ਇਹਨੂੰ ਤੁਸੀਂ ਖਾਲੀ ਪੇਟ ਵੀ ਲੈ ਸਕਦੇ ਤਾਂ ਇਹਨੂੰ ਤੁਸੀਂ ਜਿਹੜਾ ਹੈਗਾ ਖਾਣਾ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਅੱਧਾ ਘੰਟਾ ਜਾਂ ਖਾਣਾ ਖਾਣ ਤੋਂ ਬਾਅਦ ਵਿੱਚ ਵੀ ਲੈ ਸਕਦੇ ਹੁਣ ਇਹ ਲੈਣਾ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਨੇ ਕਿਨੇ ਕਿਸ ਤਰ੍ਹਾਂ ਲੈਣਾ ਸੋ ਜਿਹੜੇ ਬੰਦੇ ਨਾਰਮਲ ਡਾਈਟ ਲੈ ਰਹੇ ਜਿਮ ਘਟ ਜਾ ਰਹੇ ਜਾਂ ਸਪਲੀਮੈਂਟ ਘਟ ਖਾ ਰਹੇ ਉਹ 30 ਦਿਨਾਂ ਦੇ ਵਿੱਚ ਇਸ ਜਿਹੜੀ ਡਿਟੌਕਸ ਡਿਟੌਕਸੀਫਿਕੇਸ਼ਨ ਆ ਇਸ ਨੂੰ ਇੱਕ ਵਾਰੀ ਕਰਨਗੇ ਪੂਰੇ 30 ਦਿਨਾਂ ਦੇ ਵਿੱਚ ਐਂਡ ਜਿਹੜੇ ਬੰਦੇ ਜ਼ਿਆਦਾ ਹੈਵੀ ਡਾਈਟ ਲੈ ਰਹੇ ਆ ਜ਼ਿਆਦਾ ਐਕਸਟਰਾ ਆਰਡੀਨਰੀ ਫੂਡ ਖਾਂਦੇ ਜ਼ਿਆਦਾ ਸਪਲੀਮੈਂਟ ਖਾ ਰਹੇ ਆ ਉਹ ਇਹਨੂੰ 15 ਦਿਨਾਂ ਬਾਅਦ ਇੱਕ ਵਾਰੀ ਇਸ ਐਕਟੀਵਿਟੀ ਕਰਨਗੇ 15 ਦਿਨਾਂ ਬਾਅਦ ਇਸ ਐਕਟੀਵਿਟੀ ਨੂੰ ਕਰੋਗੇ ਤੁਹਾਨੂੰ ਜਿਹੜੀ ਡੀਟੌਕਸੀਫਿਕੇਸ਼ਨ ਆ ਉਹ ਕਰਨੀ ਇਹਦੇ ਵਿੱਚ ਕਾਫੀ ਬੈਨੀਫੀਸ਼ੀਅਲ ਹੋਊਗੀ ਹੁਣ ਡੀਟੌਕਸੀਫਿਕੇਸ਼ਨ ਜਿਹੜੀ ਉਹਦੇ ਫਾਇਦੇ ਕੀ ਆ ਅੱਜ ਸਾਨੂੰ ਚੀਜ਼ ਦੇ ਫਾਇਦੇ ਪਤਾ ਲੱਗਣਗੇ ਤਾਂ ਅਸੀਂ ਉੱਤੇ ਕੰਮ ਕਰਾਂਗੇ ਡੀਟੌਕਸੀਫਿਕੇਸ਼ਨ ਦਾ ਸਭ ਤੋਂ ਪਹਿਲਾ ਫਾਇਦਾ ਹੈਗਾ ਜਿਹੜੀਆਂ ਸਾਡੀਆਂ ਕਿਡਨੀ ਦੇ ਨਾਲ ਰਿਲੇਟਿਡ ਪ੍ਰੋਬਲਮ ਆਉਂਦੀਆਂ ਜਿਸ ਤਰ੍ਹਾਂ ਯੂਰਿਕ ਐਸਿਡ ਹੋਇਆ ਤੁਹਾਡਾ ਕਰੀਟੀਨਾਈਨ ਹੋਇਆ ਬਲੱਡ ਯੂਰੀਆ ਹੋਇਆ ਉਹ ਪ੍ਰੋਬਲਮ ਕੱਟਦੀਆਂ ਆ ਨੈਕਸਟ ਆ ਜਾਂਦੇ ਜਿਹੜੀਆਂ ਲੀਵਰ ਦੀਆਂ ਪ੍ਰੋਬਲਮ ਹੁੰਦੀਆਂ ਕੋਈ ਲੀਵਰ ਫੈਟੀ ਹੋ ਗਿਆ ਜਾਂ ਸਵੇਲਿੰਗ ਆ ਗਈ ਜਾਂ ਜਿਸ ਦੇ ਐਕਨੇ ਹੁੰਦੇ ਫੋੜੇ ਫਿੰਸੀਆਂ ਹੁੰਦੇ ਉਹ ਡੀਟੌਕਸੀਫਿਕੇਸ਼ਨ ਕਰਨਾ ਠੀਕ ਹੁੰਦੀ ਹੈ ਸਾਡੀ ਜਿਹੜੀ ਬੋਡੀ ਦੀ ਗੰਦਗੀ ਆ ਉਹ ਜਦੋਂ ਬਾਹਰ ਨਿਕਲਦੀ ਰਹਿੰਦੀ ਤਾਂ ਸਾਡੀ ਬੋਡੀ ਪ੍ਰੋਪਰ ਕੰਮ ਕਰਦੀ ਸਾਨੂੰ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜਦੋਂ ਅਸੀਂ ਡੀਟੌਕਸੀਫਿਕੇਸ਼ਨ ਕਰਦੇ ਰਹੇ ਨਾ ਸਾਨੂੰ ਕੋਈ ਮੈਡੀਸਿਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਸੋ ਇਹ ਡੀਟੌਕਸੀਫਿਕੇਸ਼ਨ ਤੁਹਾਡੇ ਲਈ ਕਾਫੀ ਜ਼ਰੂਰੀ ਆ ਬਜਾਏ ਡिटॉक्सिफिकेशन ਤੁਸੀਂ ਜਿਹੜੀ ਸਪਲੀਮੈਂਟਸ ਕਰੋ ਜਾਂ ਹੋਰ ਸੋਰਸਸ ਕਰੋ ਇਹ ਮੇਰਾ ਆਪਣਾ ਐਕਸਪੀਰੀਅੰਸ ਆ ਇਹ ਕਾਫੀ ਬੈਨੀਫੀਸ਼ੀਅਲ ਆ ਬਹੁਤ ਜ਼ਿਆਦਾ ਵਧੀਆ ਹੈਗੀ ਤੇ ਉੱਪਰੋਂ ਤੁਹਾਡੇ ਪੈਸੇ ਵੀ ਵੇਸ ਨਹੀਂ ਹੁੰਦੇ ਤੁਹਾਨੂੰ ਨੇਚਰਲ ਚੀਜ਼ਾਂ ਤੋਂ ਹੀ ਜਿਹੜੀ ਆ ਡੀਟੌਕਸੀਫਿਕੇਸ਼ਨ ਕਰਨ ਚ ਫਾਇਦੇਮੰਦ ਹੈ ਕਿਉਂਕਿ ਨੇਚਰਲ ਚੀਜ਼ਾਂ ਨਾਲ ਹੀ ਡੀਟੌਕਸ ਕਰੋਗੇ ਬੋਡੀ ਨੂੰ ਸਫਾਈ ਕਰੋਗੇ ਤਾਂ ਅੱਛਾ ਰਹੂਗਾ ਬਾਕੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਮੈਨੂੰ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਨੀਚੇ ਕਮੈਂਟ ਚ ਦੇ ਦਿਓ ਤਾਂ ਮੈਂ ਤੁਹਾਨੂੰ ਜਿਹੜੀ ਅੱਗੇ ਤਾਂ ਕਿ ਵੀਡੀਓ ਜਿਹੜੀ ਬਣਾਵਾ ਤਾਂ ਮੈਨੂੰ ਉਹਦੇ ਵਿੱਚ ਹੋਰ ਮੋਟੀਵੇਸ਼ਨ ਮਿਲਿਆ ਤੁਹਾਡੇ ਕਮੈਂਟਸ ਨਾਲ ਮੈਨੂੰ એનર્ਜੀ ਮਿਲਦੀ ਰਹਿੰਦੀ ਸੋ ਮੇਰੀ ਕੋਸ਼ਿਸ਼ ਹੁੰਦੀ ਤੁਹਾਡੇ ਤੱਕ ਅੱਛੀਆਂ ਤੋਂ ਅੱਛੀਆਂ ਵੀਡੀਓ ਪੇਜਾਂ ਸੋ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰਾਂ ਤੱਕ ਵੀ ਪ੍ਰੋਪਰ ਜਾਣਕਾਰੀ ਜਾਵੇ ਬਾਕੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਕਿਸੇ ਚਿਤਰਾ ਦੀ ਵੀ ਮੇਰੇ ਨੰਬਰ 8289024929 ਤੇ 8289024929 ਤੇ ਤੁਸੀਂ ਕਦੀ ਵੀ ਕਾਲ ਜਾਂ ਮੈਸੇਜ ਕਰਕੇ ਮੈਨੂੰ ਦੁਬਾਰਾ ਪੁੱਛ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਥੈਂਕ ਯੂ